ਲਾਟਰੀ ਮਾਰੀ ਉਹਨੇ? ਕਹਿੰਦਾ ਆਪਾਂ ਨੂੰ ਨਹੀਂ ਨਾ ਕਹਿੰਦਾ, ਉਹਦੇ ਲਈ ਵੀ ਆਪਾਂ ਭਲਾ ਮੰਗੇ ਤਾਂ ਕਿ ਖੁਦਾ ਉਹਦੇ ਜੀਵਨ ਚ ਕੰਮ ਕਰੇ, ਉਹਨੂੰ ਨਰਮ ਬਣਾਵੇ, ਕਿਉਂਕਿ ਕਹਿੰਦੇ ਆ ਵੀ ਨੀਵੇਂ ਨੂੰ ਫਲ ਲੱਗਦੇ ਆ। ਪ੍ਰਭੂ ਯਸ਼ੂ ਨੇ ਕਿੰਨੇ ਦੁੱਖ ਸਹੇ, ਤਸੀਹੇ ਸਹੇ, ਸਾਰਾ ਕੁਛ ਉਹ ਕਰਨ ਦੀ ਸਮਰੱਥ। ਇੱਕ ਵਾਰੀ ਆਵਾਜ਼ ਲਗਾਉਣ ਦੀ ਦੇਰ ਸੀਗੀ ਤੇ ਸਵਰਗ ਦੂਤਾਂ ਦੀ ਸੈਨਾ ਆ ਜਾਣੀ ਸੀਗੀ, ਹਾਂ ਕਿ ਨਾ? ਪਰ ਨਹੀਂ, ਕਿਉਂਕਿ ਜੋ ਹੋਣਾ ਸੀ, ਜੋ ਨਿਰਧਾਰਿਤ ਸੀ ਉਹ ਹੋਣਾ ਸੀਗਾ, ਕਿਉਂਕਿ ਪਰਮੇਸ਼ਵਰ ਦੀ ਪਲਾਨਿੰਗ ਸੀਗੀ, ਕਿਉਂਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜਿਆ ਕਿਉਂਕਿ ਪਾਪੀਆਂ ਨੂੰ ਛੁਡਾ ਸਕੇ, ਨਾ ਕਿ ਉਹਦਾ ਨਾਸ਼ ਕਰ ਸਕੇ, ਪਾਪੀਆਂ ਨੂੰ ਛੁਡਾਉਣ ਦੇ ਲਈ, ਨਾ ਕਿ ਨਾਸ਼ ਕਰਨ ਦੇ ਲਈ। ਇਸ ਲਈ ਉਹਨਾਂ ਭੈਣਾਂ ਨੂੰ ਵੀ ਆਤਮਿਕ ਸਮੇਂ ਤੇ ਆਤਮਿਕ ਬੁੱਧੀ ਪਰਮੇਸ਼ਵਰ ਦੇਵੇ, ਆਤਮਿਕ ਸਮੇਂ ਤੇ ਆਤਮਿਕ ਬੁੱਧੀ ਦੇਵੇ, ਆਪਣੇ ਪਾਪਾਂ ਤੋਂ ਤੌਬਾ ਕਰਨ, ਸ਼ਮਾ ਮੰਗਣ, ਤੇ ਉਹਨਾਂ ਦੀ ਪੂਰੀ ਫੈਮਿਲੀ, ਪੂਰੀ ਦੀ ਪੂਰੀ ਫੈਮਿਲੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਵੇ, ਉੱਥੇ ਆ ਕੇ ਤੌਬਾ ਕਰਨ, ਉਹ ਵੀ ਜੋ ਅਸੀਂ ਕਿਹਾ ਗਲਤ ਕਿਹਾ ਵਾ। ਹਾਲੇਲੂਇਆ ਦਾ ਮਤਲਬ ਪਰਮੇਸ਼ਵਰ ਦੀ ਮਹਿਮਾ ਹੋਵੇ, ਪਰਮੇਸ਼ਵਰ ਦੀ ਸਮਰੱਥ ਹੋਵੇ। ਆਮੇਨ, ਹਾਲੇਲੂਇਆ, 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 ਕਿਉਂਕਿ ਸਵਰਗ ਦਾ ਨਾਰਾ ਵਾ, ਸਵਰਗ ਦਾ ਨਾਰਾ। ਹਾਲੇਲੂਇਆ ਕਹਿਣ ਦੇ ਨਾਲ ਲੋਕਾਂ ਦੇ ਪਾਪ ਖਤਮ ਹੋ ਜਾਂਦੇ ਆ, ਹਾਲੇਲੂਇਆ ਕਹਿਣ ਦੇ ਨਾਲ ਕੋੜੀ ਸ਼ੁੱਧ ਹੋ ਜਾਂਦੇ ਆ, ਹਾਲੇਲੂਇਆ ਕਹਿਣ ਦੇ ਨਾਲ ਲੋਕਾਂ ਦੀ ਬਿਮਾਰੀਆਂ ਚਲੀ ਜਾਂਦੀਆਂ ਨੇ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਪਰਮੇਸ਼ਵਰ ਉਹਨਾਂ ਨੂੰ ਅਕਲ ਬੁੱਧ ਦੇਵੇ, ਆਪਾਂ ਇਹੀ ਮੰਗਾਂਗੇ, ਉਹ ਸ਼ਮਾ ਮੰਗਣ, ਤੌਬਾ ਕਰਨ, ਪਰਮੇਸ਼ਵਰ ਦੇ ਅੱਗੇ ਘੁਟਨਿਆਂ ਤੇ ਆ ਕੇ ਤੌਬਾ ਕਰਨ, ਪਰਮੇਸ਼ਵਰ ਦੀ ਹਜ਼ੂਰੀ ਚ ਆ ਕੇ ਤੌਬਾ ਕਰਨ, ਤਾਂ ਕਿ ਪਰਮੇਸ਼ਵਰ ਦਾ ਆਤਮਾ ਨੂੰ ਛੂਵੇ, ਉਹਨਾਂ ਨੂੰ ਪਤਾ ਲੱਗੇ ਇਸ ਪਵਿੱਤਰ ਸ਼ਬਦ ਦਾ ਮਤਲਬ ਕੀ ਹੈ। ਯਸ਼ੂ ਮਤੇ ਸਮਰਤੀ ਨਾਮ ਦੇ ਵਿੱਚ ਆਮੇਨ।